ਐਕਸ਼ਨ ਥ੍ਰਿਲਰ ਆ, ਐਕਸ਼ਨ ਦੇ ਵਿੱਚ ਵੀ ਹੋਰ ਸਵਾਦ ਆ ਜਾਂਦਾ ਜਦੋਂ ਸਾਡੇ ਪਿੰਡਾਂ ਦੀ ਫਿਲਮ ਹੁੰਦੀ ਆ। ਚਸ਼ਮਾ ਵਾਲੇ ਨੂੰ ਇੱਥੇ ਫਾਂਸੀ ਦਿੱਤੀ ਜਾਣੀ ਹੈ। ਸੁੱਚੇ ਦੇ ਕੁੱਕਰ ਦਾ ਰਿਲੇਸ਼ਨ ਐਸਟੈਬਲਿਸ਼ ਕੀਤਾ ਜਿਵੇਂ ਫਿਲਮ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਨਾ, ਸੋ ਉਹ ਬੜੀਆਂ ਕਮਾਲ ਦੀਆਂ ਗੱਲਾਂ ਸੀ ਹੈ ਨਾ। ਕੁੱਕਰ ਹੀ ਐਡਾ ਵੱਡਾ ਲੱਗਿਆ ਵੀ ਸੁੱਚਾ ਤੁਹਾਨੂੰ ਆਪ ਹੀ ਵੱਡਾ ਲੱਗੂਗਾ ਨਾ, ਇਹ ਬੜੀ ਕਮਾਲ ਦੀ ਗੱਲ ਸੀ ਹੈ ਨਾ। ਉਹਨਾਂ ਦੀ ਆਖਰੀ ਲੜਾਈ ਹੁੰਦੀ ਆ ਦੋਵਾਂ ਦੀ ਹੈ ਨਾ, ਤੇ ਉੱਥੇ ਉਹ ਮਤਲਬ ਰੋਂਗਟੇ ਖੜੇ ਕਰਨ ਵਾਲਾ ਸੀਨ ਆ। ਨਾਲੇ ਲੱਗੋ ਪਿੰਡ ਚੋਂ ਲਲਕਾਰੇ ਮਾਰ ਕੇ ਪਤਾ ਤਾਂ ਲੱਗੇ ਕੁੱਕੇ ਕਿਹਦੇ ਕਿਰੂ ਆ। ਸੋ ਇਸ ਵਕਤ ਸਾਡੇ ਨਾਲ ਪੰਜਾਬੀ ਸਿੰਗਰ ਹਰਫ ਚੀਮਾ ਸਾਡੇ ਨਾਲ ਨੇ। ਚੀਮਾ ਸਾਹਿਬ ਕਿਵੇਂ ਦੇਖਦੇ ਹੋ ਆ ਸੁੱਚਾ ਸੁਰਮਾ ਦੇਖਣ ਪਹੁੰਚੇ ਸੀਗੇ, ਕਿਵੇਂ ਦੀ ਮੂਵੀ ਲੱਗੀ ਫਿਰ? ਬਹੁਤ ਵਧੀਆ ਫਿਲਮ ਆ ਯਾਰ, ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਜ਼ਰੂਰ ਦੇਖ ਕੇ ਆਓ ਨੇੜੇ ਸਿਨੇਮਾ ਘਰਾਂ 'ਚ, ਕਿਉਂਕਿ ਐਕਸ਼ਨ ਥ੍ਰਿਲਰ ਆ, ਐਕਸ਼ਨ ਦੇ ਵਿੱਚ ਵੀ ਹੋਰ ਸਵਾਦ ਆ ਜਾਂਦਾ ਜਦੋਂ ਸਾਡੇ ਪਿੰਡਾਂ ਦੀ ਫਿਲਮ ਹੁੰਦੀ ਆ। ਪਰਿਓਡਿਕ ਹੈ ਨਾ, ਪ੍ਰੋਪਰ ਫਿਲਮ ਆ, ਅਤੇ ਸਮਾਂ ਸਾਡੇ ਪਿੰਡ ਤੋਂ ਨੇੜੇ ਆ। ਅੱਛਾ, ਅਸੀਂ ਪਹਿਲਾਂ ਇਹ ਕਹਾਣੀ ਬਹੁਤ ਵਾਰੀ ਸੁਣੀ ਆ, ਪਰ ਅੱਜ ਬਿਲਕੁਲ ਡਿਫਰੈਂਟ ਐਂਗਲ ਤੋਂ ਇਹ ਕਹਾਣੀ ਮਤਲਬ ਦਿਖਾਈ ਗਈ ਹੈ ਨਾ। ਡਿਫਰੈਂਟ ਭਾਈ ਕਿਵੇਂ ਡਿਫਰੈਂਟ? ਤੁਸੀਂ ਡਿਫਰੈਂਟ ਕਹਿੰਦੇ ਹੋ ਕਿਉਂਕਿ ਤੁਸੀਂ ਕਿਹਾ ਪਿੰਡਾਂ ਦੇ ਨੇੜੇ ਦੇ ਸੀ ਹੈ ਨਾ, ਡਿਫਰੈਂਟ ਕਿਵੇਂ ਸੀ ਫਿਰ? ਡਿਫਰੈਂਟ ਯਾਰ, ਇੱਕੋ ਹੀ ਐਂਗਲ ਸੁਣਦੇ ਆ ਰਹੇ ਸੀਗੇ ਨਾ, ਜਿਵੇਂ ਮੰਨ ਲਾ ਵੀ ਮਿਰਜ਼ੇ ਸਾਹਿਬਾਂ ਦੀ ਕਹਾਣੀ ਹੈ ਨਾ, ਉਹਦਾ ਆਪਾਂ ਨੂੰ ਬਹੁਤਿਆਂ ਨੂੰ ਇੱਕੋ ਹੀ ਪੱਖ ਪਤਾ ਨਾ, ਅਤੇ ਉਵੇਂ ਇਹਦੇ ਵਿੱਚ ਮੰਨ ਲਓ ਵੀ ਆਪਣਾ ਜਿਵੇਂ ਆਪਾਂ ਕਹਿੰਦੇ ਨੇ ਔਰਤ ਬਦਕਾਰ ਆ ਨਾ, ਮਤਲਬ ਇੱਕੋ ਹੀ ਫੈਕਟਰ ਜਿਹੜਾ ਸਾਡੇ ਮੋਸਟਲੀ ਸਾਹਮਣੇ ਆਉਂਦਾ ਜਦੋਂ ਆਪਾਂ ਸੁੱਚੇ ਦੇ ਬਲਬੀਰੋ ਦੀ ਕਹਾਣੀ ਸੁਣਦੇ ਹਾਂ ਨਾ। ਅਤੇ ਪਰ ਜਦੋਂ ਅੱਜ ਫਿਲਮ ਦੇ ਵਿੱਚ ਦੇਖਿਆ ਸੁੱਚੇ ਦੇ ਕੁੱਕਰ ਦਾ ਰਿਲੇਸ਼ਨ ਐਸਟੈਬਲਿਸ਼ ਕੀਤਾ ਜਿਵੇਂ ਫਿਲਮ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਨਾ, ਸੋ ਉਹ ਬੜੀਆਂ ਕਮਾਲ ਦੀਆਂ ਗੱਲਾਂ ਸੀ ਹੈ ਨਾ। ਹੁਣ ਨੋਰਮਲੀ ਅਸੀਂ ਗਾਣਿਆਂ 'ਚ ਵੀ ਦੇਖਦੇ ਹਾਂ ਜਾਂ ਵੈਸੇ ਵੀ ਹੈ ਨਾ, ਵੀ ਜਦੋਂ ਆਪਣਾ ਮਾਰਦਾ ਸੁੱਚਾ ਕੁੱਕਰ ਨੂੰ ਨਾ, ਉਦੋਂ ਇੰਨਾ ਤਰਸ ਨਹੀਂ ਆਉਂਦਾ ਨਾ, ਪਰ ਜਦੋਂ ਅੱਜ ਦੇਖਿਆ ਵੀ ਉਹਨਾਂ ਦੀ 20 ਸਾਲ ਦੀ ਲਿਹਾਜ਼ ਜਦੋਂ ਯਾਦ ਆਉਂਦਾ ਉਹਨਾਂ ਦੇ ਪਿਛਲਾ ਸਿਸਟਮ ਸਾਰਾ ਹੈ ਨਾ, ਅਤੇ ਜਿਵੇਂ ਉਹ ਇਕੱਲਾ ਇਕੱਲਾ ਡਾਇਲੋਗ ਪਰੋਇਆ ਗਿਆ ਨਾ, ਅਤੇ ਜਿਵੇਂ ਅਦਾਕਾਰਾਂ ਨੇ ਕੰਮ ਕੀਤਾ ਜਿੰਨੀ ਖੂਬਸੂਰਤੀ ਨਾਲ, ਸੋ ਮੈਨੂੰ ਲੱਗਦਾ ਅੱਜ ਬਹੁਤ ਹੋਰ ਐਂਗਲ ਦੇਖਣ ਨੂੰ ਮਿਲੇ ਫਿਲਮ ਦੇ। ਉਹੀ ਗੱਲ ਕਹੀ, 20 ਸਾਲ ਦੀ ਯਾਰੀ ਭੁੱਲ ਗਿਆ, 20 ਦਿਨ ਦਾ ਤੈਨੂੰ ਪਿਆਰ ਦੇ ਕੇ। ਹਾਂ, ਮਤਲਬ ਇਹ ਆਪਾਂ ਦੱਸ ਨਹੀਂ ਸਕਦੇ, ਫਿਰ ਇਹ ਆ ਵੀ ਲੋਕਾਂ ਨੇ ਫਿਲਮ ਦੇਖਣ ਵੀ ਜਾਣਾ ਨਾ, ਅਤੇ ਸੋ ਮੈਨੂੰ ਲੱਗਦਾ ਇਹ ਬੜਾ ਕਮਾਲ ਦਾ ਕੰਮ ਕੀਤਾ ਮਤੋਜ ਬਾਈ ਨੇ, ਉਹ ਵਧਾਈ ਦੇ ਪਾਤਰ ਨੇ। ਫਿਰ ਜਿਹੜੀ ਇੱਕ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਉਹ ਇਹ ਆ, ਜਦੋਂ ਛੋਟੇ ਹੁੰਦੇ ਸੀ ਨਾ ਉਦੋਂ ਸੁਣਦੇ ਹੁੰਦੇ ਆਪਣੇ ਬਜ਼ੁਰਗਾਂ ਤੋਂ ਗੱਲਾਂ ਬਾਤਾਂ ਨਾ, ਵੀ ਜੰਨ ਚਾਰ ਚਾਰ ਦਿਨ ਰਹਿੰਦੀ ਹੁੰਦੀ ਸੀਗੀ ਹੈ ਨਾ ਆਪਣਾ, ਅਤੇ ਫਿਰ ਉਦੋਂ ਬਾਅਦ ਕਹਿੰਦੇ ਉਹਨਾਂ ਨੇ ਵੀ ਬੋਲੀਆਂ 'ਚ ਜਵਾਬ ਦੇਣੇ ਬੁੜੀਆਂ ਨੇ ਬੰਦਿਆਂ ਨੇ ਵੀ, ਹਾਂ ਜਿਵੇਂ ਉਹ ਫਿਲਮ 'ਚ ਦਿਖਾਇਆ ਗਿਆ ਵੀ ਜੰਨ ਬੰਨ ਦਿੰਦੇ ਨੇ, ਫਿਰ ਜਿੰਨਾ ਚਿਰ ਰੋਟੀ ਨਹੀਂ ਖਾ ਸਕਦੇ ਜਿੰਨਾ ਚਿਰ ਤੁਸੀਂ ਜਵਾਬ ਨਹੀਂ ਦਿੰਦੇ ਬੋਲੀ 'ਚ ਨਾ, ਅਤੇ ਉਹ ਸਾਰਾ ਕੁਝ ਜਿਵੇਂ ਉਹਨਾਂ ਨੇ ਸਿਨੇਮੈਟੋਗ੍ਰਾਫੀ ਕੀਤੀ ਹੈ ਨਾ ਫਿਲਮ ਦੇ ਵਿੱਚ, ਸੋ ਉਹ ਬੜਾ ਕਮਾਲ ਦਾ ਕੰਮ ਆ। ਪੁਰਾਣਾ ਪੰਜਾਬ ਦਿਖਾਇਆ ਨਾ, ਕਿਤੇ ਨਾ ਕਿਤੇ ਲੋਕ ਕਿਤੇ ਭੁੱਲਦੇ ਵੀ ਜਾ ਰਹੇ ਚੀਜ਼ਾਂ ਨੂੰ ਲੈ ਕੇ ਹੈ ਨਾ। ਹਾਂ, ਮਤਲਬ ਇਹੀ ਮਸਲਾ ਵੱਡਾ, ਪਤਾ ਕੀ ਆ ਵੀ ਜੇ ਪਹਿਲਾਂ ਤਾਂ ਪੰਜਾਬ ਦੇ ਦਰਸ਼ਨ ਕਰਕੇ ਨਜ਼ਾਰਾ ਆ ਗਿਆ ਉਹ ਲੈਵਲ 'ਤੇ ਨਾ, ਵੀ ਕਿਵੇਂ ਸਾਂਝਾ ਸੀ। ਹੁਣ ਅੱਜ ਆਪਾਂ ਗੱਲ ਕਰੀ ਜਾਂਦੇ ਹਾਂ ਨਾ ਖੜਿਆਂ ਉਰੇ, ਅਤੇ ਅੱਜ ਦੇ ਵਿਆਹ ਤੁਹਾਨੂੰ ਪਤਾ ਹੀ ਆ, ਆਪਾਂ ਵੀ 2 ਘੰਟੇ ਜਾਂਦੇ ਹਾਂ ਅਗਲੇ ਦੇ ਸਲਾਮੀ ਪਾਈ ਮੁੜੇ ਆਉਂਦੇ ਹਾਂ ਨਾ, ਅਤੇ ਹੁਣ ਉਹ ਸਾਲ ਵਿਆਹ ਦਾ ਮਾਹੌਲ ਹੀ ਕਿਹਾ ਜਾ ਸੀ ਯਾਰ, 5-5 ਦਿਨ ਵਿਆਹ ਚੱਲਦੇ ਸੀ, 6-6 ਦਿਨ ਵਿਆਹ ਚੱਲਦੇ ਸੀ ਹੈ ਨਾ, ਅਤੇ ਉਹ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਸਾਡਾ ਅੱਜ ਕਲਚਰ ਤੋਂ ਟੁੱਟਣ ਦਾ ਜਿਹੜਾ ਵੱਡਾ ਸਿਸਟਮ ਆ ਉਹ ਇਹੀ ਰਿਹਾ ਵੀ ਅਸੀਂ ਆਪਦੀਆਂ ਰਸਮਾਂ ਰਿਵਾਜ ਜਿਹੜੇ ਸਾਰਾ ਕੁਝ ਸੀਗਾ ਉਹ ਪੂਰੀ ਤਰ੍ਹਾਂ ਭੁੱਲ ਗਏ ਨਾ, ਅਤੇ ਮੋਰਲ ਵੈਲਿਊ ਉਸ ਤੋਂ ਪਿੱਛੇ ਹਟ ਗਏ ਆਪਦੀਆਂ ਤੋਂ ਨਾ, ਅਤੇ ਇਹ ਸਾਡੇ ਘਾਣ ਦੇ ਵਿੱਚ ਮੈਨੂੰ ਲੱਗਦਾ ਵੀ ਵੱਡੇ ਰੀਜ਼ਨ ਨੇ। ਕਮੀਆਂ ਕਿਵੇਂ ਰਹਿ ਗਈਆਂ ਬਾਈ? ਤੁਸੀਂ ਗੱਲ ਕੀਤੀ ਹੈ ਨਾ, ਕਮੀਆਂ ਕਿੱਥੇ ਰਹਿ ਗਈਆਂ ਚੀਜ਼ਾਂ ਲੈ ਕੇ? ਕਮੀਆਂ ਦੇਖ ਯਾਰ, ਸਮਾਂ ਤਾਂ ਅੱਗੇ ਵਧਣਾ ਹੀ ਆ ਨਾ, ਸੋ ਸਮੇਂ ਦੇ ਨਾਲ ਚੀਜ਼ਾਂ ਵੀ ਅੱਗੇ ਵਧਣੀਆਂ ਨੇ ਨਾ। ਹੁਣ ਜੇ ਆਪਾਂ ਕਹੀਏ ਵੀ ਟੈਕਨੋਲੋਜੀ ਰੁਕ ਜੂਗੀ, ਟੈਕਨੋਲੋਜੀ ਨਹੀਂ ਰੁਕਣੀ ਹੈ ਨਾ, ਪਰ ਮੈਨੂੰ ਲੱਗਦਾ ਵੀ ਜਿਵੇਂ ਸੁੱਚਾ ਸੂਰਮਾ ਆਪਾਂ ਗੱਲ ਕਰਦੇ ਹਾਂ ਨਾ, ਜੇ ਪੰਜਾਬ ਦੀ ਤਸੀਰ ਦੀ ਗੱਲ ਕਰੋਗੇ ਨਾ ਤਾਂ ਸੁੱਚੇ ਸੂਰਮੇ ਵਾਲੀ ਵੀ ਹੈ ਨਾ। ਜਦੋਂ ਸਾਨੂੰ ਕੋਈ ਪੁੱਛਦਾ ਵੀ ਯਾਰ ਤੁਸੀਂ ਗੱਲ ਬਹੁਤ ਘੱਟ ਕਰਦੇ ਹੋ, ਗੱਲ ਗੱਲ 'ਤੇ ਹਥਿਆਰ ਚੱਕ ਲੈਂਦੇ ਹੋ ਜਾਂ ਕੁਛ ਵੀ ਹੈ ਨਾ,
ਉਹ ਹੁਣ ਮੈਨੂੰ ਲੱਗਦਾ ਵੀ ਸਾਨੂੰ ਦੱਸਣਾ ਪੈਂਦਾ ਪਤਾ ਕੀ ਚੱਕਰ ਆ ਵੀ ਜੇ ਬਾਰਡਰ 'ਤੇ ਪੰਜਾਬ ਲੱਗਦਾ ਜਦੋਂ ਵੀ ਧਾੜਵੀ ਆਉਂਦੇ ਸੀ ਪਹਿਲਾਂ ਸਾਹਮਣਾ ਅਸੀਂ ਕਰਦੇ ਸੀ ਹੈ ਨਾ, ਉਹ ਸਾਡੀ ਤਸੀਰ ਆ, ਫਿਰ ਜਦੋਂ ਜਿਉਣਾ ਹੋ ਗਿਆ ਸੁੱਚਾ ਹੋ ਗਿਆ, ਇਹ ਮੈਨੂੰ ਲੱਗਦਾ ਵੀ ਜੇ ਪੰਜਾਬ ਨੂੰ ਡਿਫਾਈਨ ਕਰਨਾ ਤਾਂ ਇਹ ਉਹ ਕਰਦਾਰ ਨੇ ਜਿਹੜੇ ਪੰਜਾਬ ਨੂੰ ਡਿਫਾਈਨ ਕਰਦੇ ਨੇ। ਲੋਕਾਂ ਨੂੰ ਪਤਾ ਨਹੀਂ ਸੀ, ਇੱਕ ਪੱਖੇ ਸੋਚਦੇ ਸੀ ਬਲਵੀਰੋ ਭਾਬੀ ਇੱਦਾਂ ਦੀ ਸੁੱਚੇ ਨੇ ਗੋਲੀ ਮਾਰੀ, ਪਰ ਅੱਜ ਜਿਹੜੀ ਅਸਲ ਕਹਾਣੀ ਆ ਉਹ ਸਾਰੇ ਸਾਹਮਣੇ ਆਈ ਹੈ। ਬਿਲਕੁਲ ਬਿਲਕੁਲ ਹਾਂ, ਫਿਰ ਜਿਹੜਾ ਅਦਾਕਾਰਾਂ ਨੇ ਅਸਰਦਾਰ ਕੰਮ ਕੀਤਾ ਉਹਦਾ ਵੀ ਬਹੁਤ ਵੱਡਾ ਰੋਲ ਆ, ਕਿਉਂਕਿ ਇਹ ਹੁੰਦਾ ਇੱਕ ਵੀ ਕੜੀ ਵੀਕ ਹੋਵੇ ਤੁਹਾਨੂੰ ਫਿਲਮ ਵਧੀਆ ਨਹੀਂ ਲੱਗਦੀ ਹੈ ਨਾ, ਤੁਹਾਨੂੰ ਉੱਠਣਾ ਪੈ ਜਾਂਦਾ ਨਾ। ਹੁਣ ਮਸਲਾ ਇਹ ਸੀਗਾ ਵੀ ਫਿਲਮ ਦੇ ਵਿੱਚ ਕੁੱਕਰ ਹੀ ਐਡਾ ਵੱਡਾ ਲੱਗਿਆ ਵੀ ਸੋਚਿਆ ਤੁਹਾਨੂੰ ਆਪ ਹੀ ਵੱਡਾ ਲੱਗੂਗਾ ਨਾ, ਇਹ ਬੜੀ ਕਮਾਲ ਦੀ ਗੱਲ ਸੀ ਹੈ ਨਾ। ਨਹੀਂ ਅਸੀਂ ਇੰਨਾ ਕੰਮ ਨਹੀਂ ਕਰਦੇ, ਨਹੀਂ ਇਕੱਲਾ ਹੀਰੋ ਹੁੰਦਾ ਫਿਲਮ 'ਚ, ਬਾਕੀ ਸਪੋਰਟਿੰਗ ਰੋਲ 'ਚ ਹੁੰਦੇ ਨੇ ਨਾ। ਸਾਰੀ ਵਧੀਆ ਨੇ, ਕਿਹੜਾ ਅਜਿਹਾ ਸੀਨ ਜਿਹੜਾ ਕਿ ਦਿਲ ਨੂੰ ਛੂ ਗਿਆ ਭਾਈ? ਜਦੋਂ ਉਹਨਾਂ ਦੀ ਆਖਰੀ ਲੜਾਈ ਹੁੰਦੀ ਆ ਦੋਵਾਂ ਦੀ ਹੈ ਨਾ, ਅਤੇ ਉੱਥੇ ਉਹ ਮਤਲਬ ਰੋਂਗਟੇ ਖੜ੍ਹੇ ਕਰਨ ਵਾਲਾ ਸੀਨ ਆ, ਭਾਵਕ ਵੀ ਹੋਏ ਉੱਥੇ ਨਾ, ਅਤੇ ਵੀ ਕਿਵੇਂ ਬੰਦਾ ਮਤਲਬ ਇੱਕ ਅੰਦਰ ਦੀ ਸਾਡੇ ਕੋਈ ਵੀ ਐਬ ਹੀ ਲਾ ਲਓ ਹਰੇਕ ਦੇ ਆਪਣੇ ਸਭ ਦੇ ਅੰਦਰ ਨੇ ਨਾ, ਕੋਈ ਵੀ ਇੱਥੇ ਦੁੱਧ ਨਾਲ ਧੋਤਾ ਨਹੀਂ ਨਾ, ਪਰ ਇੱਕ ਐਬ ਸਾਰੇ ਕੁਛ 'ਤੇ ਕਿਵੇਂ ਭਾਰੂ ਹੋ ਜਾਂਦਾ ਵੀ ਅਸੀਂ ਸਾਰੀਆਂ ਸਾਂਝਾਂ ਤੋਂ ਮੁਨਕਰ ਹੋ ਜਾਂਦੇ ਹਾਂ ਨਾ, ਅਤੇ ਇਹ ਬੜਾ ਕਮਾਲ ਦਾ, ਮੈਨੂੰ ਤਾਂ ਬਹੁਤ ਵਧੀਆ ਲੱਗੀ ਯਾਰ। ਹੋਰ ਤੁਸੀਂ ਗਾਣੇ ਗਾਉਂਦੇ ਸੀਗੇ ਹੈ ਨਾ, ਫਿਰ ਯਾਰੀ ਇੱਥੇ 20 ਸਾਲ ਦੀ ਯਾਰੀ ਸੀਗੀ, ਕੋਈ ਗੀਤ ਇਹੋ ਜਿਹਾ ਕੋਈ ਯਾਦ ਆਉਂਦਾ ਹੋਵੇ ਮਨ ਦੇ ਵਿੱਚ? ਹੁਣ ਆਪਣੇ ਪਿੱਛੇ ਯਾਰ ਹੀ ਖੜ੍ਹੇ ਨੇ ਭਲਵਾਨ ਵਰਗੇ ਸਾਰੇ ਹੈ ਨਾ, ਅਤੇ ਜਿੰਮੀ ਖੜ੍ਹਾ, ਅਤੇ ਅਸੀਂ ਉਹਨਾਂ ਦਿਨਾਂ 'ਚ ਵੀ ਜਦੋਂ ਇਕੱਠੇ ਹੁੰਦੇ ਸੀ ਯੂਨੀਵਰਸਿਟੀ ਸਾਰੇ ਜਾਣੇ ਨਾ, ਅਤੇ ਅੱਜ ਵੀ ਇਕੱਠੇ ਹੀ ਆ ਸਾਰੇ ਭਰਾ, ਅਤੇ ਗਾਣੇ ਸਾਰੇ ਗਾਣੇ ਯਾਰੀਆਂ ਵਾਲੀ ਨੇ। ਮਾਲਕ ਦੀ ਮਿਹਰ ਜਦੋਂ ਹੋ ਗਈ ਆਪੇ ਫਿਰ ਚੜ੍ਹਾਈਆਂ ਹੋਣੀਆਂ, ਅਸੀਂ ਯਾਰੀਆਂ ਕਮਾਉਣ ਵਾਲੇ ਜੱਟ ਹਾਂ, ਸਾਥੋਂ ਨਹੀਂ ਕਮਾਈਆਂ ਹੋਣੀਆਂ, ਅਸੀਂ ਯਾਰੀਆਂ ਕਮਾਉਣ ਵਾਲੇ ਜੱਟ ਹਾਂ, ਸਾਥੋਂ ਨਹੀਂ ਕਮਾਈਆਂ ਹੋਣੀਆਂ। ਬਹੁਤ ਬਹੁਤ ਧੰਨਵਾਦ ਜੀ ਤੁਸੀਂ। ਆਖਰੀ ਸਵਾਲ ਮੇਰਾ ਹੈ ਨਾ, ਜਾਂਦੇ ਜਾਂਦੇ ਕੀ ਮੈਸੇਜ ਦਊਂਗੀ ਫਿਲਮ? ਫਿਰ ਫਿਲਮ ਜ਼ਰੂਰ ਦੇਖ ਕੇ ਆਓ ਜਾਂ ਸਾਰੇ ਜਾਣੇ ਨਾ, ਅਤੇ ਅਸੀਂ ਗੱਲ ਕਰਦੇ ਰਹਿੰਦੇ ਹਾਂ ਸਿਨੇਮੇ 'ਚ ਤਬਦੀਲੀ ਦੀ ਹੈ ਨਾ, ਵੀ ਸਿਨੇਮਾ ਤਬਦੀਲ ਹੋਵੇ ਨਾ, ਉਹੀ ਫਿਲਮਾਂ ਬਣੀ ਜਾ ਰਹੀਆਂ ਸੀਗੀਆਂ ਨਾ, ਨਹੀਂ ਇੱਕ ਮੰਨ ਲਓ ਵੀ ਆਪਾਂ ਪਹਿਲਾਂ ਪਿੱਛੇ ਜੇ ਇੱਕ ਤਰ੍ਹਾਂ ਦੀਆਂ ਫਿਲਮਾਂ ਬਹੁਤ ਬਣੀਆਂ ਨਾ, ਅਤੇ ਹੁਣ ਜੇ ਕੁਛ ਸਿਨੇਮੇ ਦੇ ਵਿੱਚ ਡਿਫਰੈਂਟ ਕੀਤਾ ਜਾ ਰਿਹਾ ਤਾਂ ਆਪਾਂ ਸਾਰੇ ਸਪੋਰਟ ਕਰੀਏ, ਅਤੇ ਅਸੀਂ ਪੰਜਾਬੀ ਸਿਨੇਮਾ ਜਿਹੜਾ ਪ੍ਰਫੁੱਲਿਤ ਹੋਊਗਾ, ਅਤੇ ਬਾਕੀ ਤੁਸੀਂ ਸਾਰੇ ਜਿਹੜੇ ਖਬਰਾਂ ਨੂੰ ਪਹੁੰਚਾਉਂਦੇ ਹੋ ਇਕੱਲੇ ਇਕੱਲੇ ਬੰਦੇ ਤੱਕ, ਤੁਸੀਂ ਵੀ ਵਧਾਈ ਦੇ ਪਾਤਰ ਹੋ, ਅਤੇ ਫਿਲਮ ਤਾਂ ਬਹੁਤ ਕਮਾਲ ਆ, ਜ਼ਰੂਰ ਦੇਖ ਕੇ ਆਓ ਸਾਰੇ। ਧੰਨਵਾਦ।